ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਬਰਸੀਮ ਸਟਾਲੇ ਨੂੰ ਛੇਤੀ ਵਧਾਉਣ ਦਾ ਇੱਕ ਉਹ ਫਾਰਮੂਲਾ ਜਿਸ ਨੂੰ ਕੋਈ ਜ਼ਿੰਮੇਵਾਰ ਵੀ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਵਰਤਦਾ ਨਹੀਂ ਜਾਣਦਾ ਪਰ ਇਹ ਮੇਰਾ ਆਪਣਾ ਅਜਮਾਇਆ ਹੋਇਆ ਤਰੀਕਾ ਹੈ ਇਹਦੀ ਵਰਤੋਂ ਕਣਕ ਦੇ ਵਿੱਚ ਸਰੋਂ ਦੇ ਵਿੱਚ ਸਟਾਲੇ ਦੇ ਵਿੱਚ ਖਾਸ ਕਰਕੇ ਇਹੜੀਆਂ ਫਸਲਾਂ ਨੇ ਇਹਨਾਂ ਦੇ ਵਿੱਚ ਆਪਾਂ ਨੂੰ ਚਮਤਕਾਰਯੋਗ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਜੇਕਰ ਇਹਦੀ ਵਰਤੋਂ ਸਟਾਲੇ ਦੇ ਵਿੱਚ ਆਪਾਂ ਕਰਦੇ ਹਾਂ ਤਾਂ ਉਹ ਦੁੱਗਣੀ ਗ੍ਰੋਥ ਕਰਨੀ ਸ਼ੁਰੂ ਕਰ ਦਿੰਦਾ ਹੈ ਜਿਹੜੇ ਬਰਸੀਮ ਸਟਾਲੇ ਜਿਹੜੇ ਤੁਰਦੇ ਨਹੀਂਗੇ ਵਾਧਦੇ ਨਹੀਂਗੇ ਉਹਨਾਂ ਦੇ ਵਾਸਤੇ ਬੜੀ ਗੁਣਕਾਰੀਏ ਇਹ ਖਾਦ ਜਿਹਦੇ ਬਾਰੇ ਮੈਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਉਹਦੇ ਤੋਂ ਪਹਿਲਾਂ ਇੱਕ ਹੋਰ ਚੀਜ਼ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬੜੀਆਂ ਖਾਸ ਵੀਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਹਾਂ ਜੇਕਰ ਤੁਸੀਂ ਉਹ ਵੇਖਣੀਆ ਚਾਹੁੰਦੇ ਹੋ ਮਿਸ ਨਹੀਂ ਕਰਨੀਆਂ ਤਾਂ ਬਿਲਕੁਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਜਿਹੜੀ ਤੁਸੀਂ ਦਬਾ ਕੇ ਰੱਖੋ ਤਾਂ ਜੋ ਵੀਡੀਓ ਜਿਹੜੀਆਂ ਤੁਹਾਡੇ ਕੋਲੋਂ ਛੁੱਟਣ ਨਾ ਕੁਝ ਸਪੈਸ਼ਲ ਚੀਜ਼ਾਂ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੋ ਛਟਾਲੇ ਨੂੰ ਵਧਾਉਣ ਦੇ ਵਾਸਤੇ ਖਾਦਾਂ ਦੀ ਵਰਤੋਂ ਵੀ ਹੋ ਸਕਦਾ ਤੁਸੀਂ ਕਰਕੇ ਵੇਖ ਲਈ ਹੋਵੇ ਤੁਸੀਂ ਥੱਲੇ ਡੀਪੀ ਜਾਂ ਸੁਪਰ ਜਾਂ ਕੁਝ ਵੀ ਪਾਇਆ ਹੋਊਗਾ ਉੱਤੇ ਤੁਸੀਂ ਸੁਪਰੇਆ ਵੀ ਕੁਝ ਕਰ ਕੇ ਵੇਖ ਲਈਆਂ ਹੋਣਗੀਆਂ ਪਰ ਇਹ ਜਿਹੜਾ ਫਾਰਮੂਲਾ ਹੈ ਇਹ ਇਦਾਂ ਦੀ ਚੀਜ਼ ਹੈ ਕਿ ਤੁਹਾਡੀਆਂ ਉਹਨਾਂ ਪਈਆਂ ਜਿਹੜੀਆਂ ਖਾਦਾਂ ਨੇ ਉਹਨਾਂ ਨੂੰ ਵੀ ਕੰਮ ਕਰਨ ਲਾ ਦੇਣਗੇ ਜੇ ਤਾਂ ਤੁਸੀਂ ਖਾਦਾਂ ਦੀ ਵਰਤੋਂ ਪੂਰੇ ਤਰੀਕੇ ਦੇ ਨਾਲ ਜਿੰਨੀ ਚਾਹੀਦੀ ਡੋਜ਼ ਹੈ ਉਹ ਨਹੀਂ ਪਾਈ ਸਟਾਲੇ ਦੇ ਵਿੱਚ ਦਾ ਸਭ ਤੋਂ ਪਹਿਲੇ ਨੰਬਰ ਤੇ 19 19 19 ਜਿਹੜਾ ਐਨ ਪੀ ਕੇ ਹੈ ਉਹਦੀ ਸਪਰੇਅ ਕਰ ਲਓ ਤੇ ਜੇਕਰ ਮੰਨ ਕੇ ਚੱਲੋ ਤੁਸੀਂ ਖਾਦਾਂ ਸਾਰੀਆਂ ਪਾਈਆਂ ਨੇ ਪਰ ਉਹ ਤੁਹਾਨੂੰ ਇਦਾਂ ਲੱਗਦਾ ਹੈ ਕਿ ਉਹ ਕੰਮ ਨਹੀਂ ਕਰਦੀਆਂ ਜਾਂ ਤੁਸੀਂ ਸਟਾਲੇ ਨੂੰ ਉਪਦਾਉਣ ਦੇ ਵਾਸਤੇ ਕੋਈ ਚੀਜ਼ ਪਾਉਣੀ ਚਾਹੁੰਦੇ ਹੋ ਤਾਂ ਸਟਾਲਾ ਜਿਹੜਾ ਮੈਂ ਤੁਹਾਨੂੰ ਦੱਸਦਾਂ ਦੀ ਜੜਾਂ ਤੇ ਨਿਰਭਰ ਜ਼ਿਆਦਾਤਰ ਜਿਹੜੀ ਫਸਲ ਹੁੰਦੀ ਏ ਜੜਾਂ ਰਾਹੀਂ ਹੀ ਇਹਨੇ ਖਰਾਕਾਂ ਜ਼ਿਆਦੀਆਂ ਲੈਣੀਆਂ ਹੁੰਦੀਆਂ ਨੇ ਤੇ ਜੜਾਂ ਦੀਆਂ ਬਿਮਾਰੀਆਂ ਹੀ ਇਹਦੇ ਵਿੱਚ ਆਪਾਂ ਨੂੰ ਜ਼ਿਆਦਾ ਜੜੀਆਂ ਵੇਖਣ ਨੂੰ ਉਹ ਮਿਲਦੀਆਂ ਨੇ ਕਈ ਵਾਰੀ ਹੁੰਦਾ ਕੀ ਏ ਕਿ ਆਪਣੀ ਜ਼ਮੀਨ ਜਿਹੜੀ ਏ ਫਰਟੀਲਿਟੀ ਉਹਦੇ ਵਿੱਚ ਘਟ ਹੁੰਦੀ ਏ ਜਾਂ ਪੀ ਐਚ ਲੈਵਲ ਜ਼ਿਆਦਾ ਹੁੰਦਾ ਏ ਜਾਂ ਕੋਈ ਹੋਰ ਕਾਰਨ ਹੁੰਦਾ ਏ ਜਿਹਦੇ ਕਰਕੇ ਤੁਹਾਡੀਆਂ ਖਾਦਾਂ ਜੜੀਆਂ ਤੁਸੀਂ ਪਾਈਆਂ ਨੇ ਉਹ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੀਆਂ ਤੇ ਉਹ ਲੱਗਦੀਆਂ ਨਹੀਂ ਗੀਆਂ ਬਰਸੀਮ ਨੂੰ ਤੇ ਉਹ ਤੁਹਾਡਾ ਸਟਾਲ ਜਿਹੜਾ ਚੰਗੀ ਤਰ੍ਹਾਂ ਗਰੋਥ ਨਹੀਂ ਕਰਦਾ ਸੋ ਇਹਦੇ ਵਾਸਤੇ ਆਪਾਂ ਜਿਹੜੀ ਸਪੈਸ਼ਲ ਚੀਜ਼ ਹੈ 3 ਤੋਂ 4 ਕਿਲੋ 95 ਜਾਂ ਫਿਰ 98% ਵਾਲਾ ਹਿਊਮਿਕ ਐਸਿਡ ਲੈਣਾ ਹੈ ਯੂਰੀਆ ਦੇ ਵਿੱਚ ਰਲਾ ਕੇ ਜਾਂ ਮਿੱਟੀ ਦੇ ਵਿੱਚ ਰਲਾ ਕੇ ਜਾਂ ਰੇਤ ਦੇ ਵਿੱਚ ਰਲਾ ਕੇ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਇਹਦਾ ਛਟਾ ਕਰ ਦੇਣਾ ਇੱਕ ਕਿੱਲੇ ਦੇ ਵਿੱਚ ਹੋਰ ਤੁਹਾਨੂੰ ਕੋਈ ਵੀ ਬਾਇਓ ਸ਼ੈਓ ਜਾਂ ਕੋਈ ਵੀ ਇਦਾਂ ਦਾ ਟਾਉਨਿਕ ਪਾਉਣ ਦੀ ਲੋੜ ਨਹੀਂ ਪਊਗੀ ਜੇਕਰ ਤੁਸੀਂ ਖਾਸ ਕਰਕੇ ਬਰਸੀਮ ਜਾਂ ਸਰੋਂ ਦੇ ਵਿੱਚ ਜਾਂ ਕਣਕ ਦੇ ਵਿੱਚ ਜਿਹੜੀ ਚੀਜ਼ ਵੀ ਆਪਾਂ ਵਰਤ ਸਕਦੇ ਹਾਂ ਜੇਕਰ ਇਹਦੀ ਤੁਸੀਂ ਵਰਤੋਂ ਕਰਦੇ ਹੋ ਤਾਂ ਜੜਾਂ ਤੁਹਾਡੇ ਬਰਸੀਮ ਦੀਆਂ ਜਿਹੜੀਆਂ ਜ਼ਿਆਦਾ ਲੰਮੀਆਂ ਹੋਣਗੀਆਂ ਤੰਦਰੁਸਤ ਹੋਣਗੀਆਂ ਮੋਢ ਦੀ ਗ੍ਰੋਥ ਬਹੁਤ ਵਧੀਆ ਹੋਵੇਗੀ ਤੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੜਾਂ ਜੜੀਆਂ ਤੰਦਰੁਸਤ ਹੁੰਦੀਆਂ ਨੇ ਤਾਂ ਜਿੱਥੇ ਅੱਪਾਂ ਇਹਦੀ ਵਰਤੋਂ ਕਰਾਂਗੇ ਉਸ ਜਗਾ ਦੇ ਵਿੱਚ ਤੁਹਾਨੂੰ ਗਾਲੇ ਦੀ ਸਮੱਸਿਆ ਜਾਂ ਹੋਰ ਬਿਮਾਰੀਆਂ ਜਿਹੜੀਆਂ ਸਟਾਲੇ ਦੇ ਵਿੱਚ ਉਹ ਵੀ ਵੇਖਣ ਨੂੰ ਨਹੀਂ ਮਿਲਣਗੀਆਂ ਇਹਦੇ ਤੋਂ ਇਲਾਵਾ ਜੇਕਰ ਤੁਸੀਂ ਕੁਝ ਹੋਰ ਸਪੈਸ਼ਲ ਚੀਜ਼ ਵਰਤਣੀ ਚਾਹੁੰਦੇ ਹੋ ਬਿਲਕੁਲ ਰਾਤੋਂ ਰਾਤ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਵਧਾਉਣ ਦੇ ਵਾਸਤੇ ਤਾਂ ਤੁਸੀਂ 0.001% ਜਿਹੜਾ ਜਬ੍ਰੈਲਿਕ ਐਸਿਡ ਹੈ ਅੱਧਾ ਲੀਟਰ ਇੱਕ ਕਿੱਲੇ ਦੇ ਵਿੱਚ ਯੂਰੀਆ ਦੇ ਨਾਲ ਅਰਲਾ ਕੇ ਜਾਂ ਰੇਤ ਮਿੱਟੀ ਕਿਸੇ ਵੀ ਚੀਜ਼ ਦੇ ਵਿੱਚ ਅਰਲਾ ਕੇ ਵੀ ਛੱਡਾ ਕਰ ਸਕਦੇ ਜੇ ਸਪੈਸ਼ਲ ਵਧਾਉਣ ਦੇ ਵਾਸਤੇ ਕਿਸੇ ਤਰ੍ਹਾਂ ਦੀ ਉਹ ਪੂਰਤੀ ਨਹੀਂ ਕਰੂਗਾ ਪਰ ਉਹ ਗਰੋਥ ਇੰਨੀ ਕੁ ਜਿਆਦੀ ਤੇਜ਼ ਕਰ ਦਊਗਾ ਤੁਹਾਡੇ ਸਟਾਲ ਦੀ ਕਿ ਜਿੱਥੇ ਉਹਨੇ 15 ਦਿਨਾਂ ਦੇ ਵਿੱਚ ਤਿਆਰ ਹੋਣਾ ਹੈ ਉੱਥੇ ਉਹ ਤੁਹਾਡਾ ਬਰਸੀਮ ਜਿਹੜਾ ਹੈ ਹਫ਼ਤੇ ਦੇ ਅੰਦਰ ਅੰਦਰ ਹੀ ਤੁਹਾਨੂੰ ਤਿਆਰ ਮਿਲ ਜਾਊਗਾ ਸੋ ਇਹੀ ਜਿਹੜੀਆਂ ਦੋ ਤਿੰਨ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਜੇਕਰ ਚੰਗੀ ਲੱਗੀ ਏ ਵੀਡੀਓ ਤਾਂ ਲਾਈਕ ਕਰ ਸਕਦੇ ਜੇ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਕਰ ਸਕਦੇ ਜੇ ਬਾਕੀ ਵੇਖਣ ਲਈ ਤਾਂ ਤੁਹਾਡਾ ਹਰ ਵਾਰ ਦੀ ਤਰ੍ਹਾਂ ਬਹੁਤ ਬਹੁਤ ਧੰਨਵਾਦ